ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤਾਂ ਆਪਾਂ ਸਟਾਰਟ ਕਰਦੇ ਹਾਂ। ਦਿੱਲੀ ਵਿੱਚ ਆਈਐਸ ਦੇ ਅੱਤਵਾਦੀ ਦੀ ਗ੍ਰਿਫਤਾਰੀ ਅਤੇ ਪੰਜਾਬ ਵਿੱਚ ਤਰਨ ਤਾਰਨ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਪੰਜ ਘੁਸਪੈਠੀਆਂ ਦਾ ਭਾਰਤ ਵਿੱਚ ਦਾਖਲ ਹੋਣ ਦਾ ਯਤਨ, ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਵਿੱਚ ਅੱਤਵਾਦ ਦਾ ਵੱਡਾ ਨੈੱਟਵਰਕ ਚੱਲ ਰਿਹਾ ਹੈ। ਡੰਡੀ ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰਾਂ ਨੂੰ ਸੁਰੱਖਿਆ ਦੇ ਮਾਮਲੇ ਵਿੱਚ ਚੌਕਸ ਹੋਣਾ ਪਵੇਗਾ। ਡੰਡੀ ਪਿਛਲੇ ਮਹੀਨਿਆਂ ਵਿੱਚ ਸਰਹੱਦੀ ਇਲਾਕੇ ਵਿੱਚ ਡਰੋਨ ਬਰਾਮਦ ਹੋਣ 'ਤੇ ਕਈ ਕੱਟੜਪੰਥੀਆਂ ਦੀਆਂ ਗ੍ਰਿਫਤਾਰੀਆਂ ਹੋਣ ਨਾਲ ਅੱਤਵਾਦੀ ਸਰਗਰਮੀਆਂ ਦਾ ਪਤਾ ਲੱਗਦਾ ਹੈ। ਡੰਡੀ ਨਸ਼ਾ ਤਸਕਰੀ ਅਤੇ ਅੱਤਵਾਦ ਦਾ ਗੱਠਜੋੜ ਵੀ ਚੁਣੌਤੀ ਭਰਿਆ ਹੈ। ਡੰਡੀ ਰੋਜ਼ਾਨਾ ਹੀ ਪੰਜਾਬ ਅਤੇ ਕਈ ਹੋਰ ਸਰਹੱਦੀ ਸੂਬਿਆਂ ਵਿੱਚੋਂ ਹੈਰੋਇਨ ਦੀ ਬਰਾਮਦੀ ਹੁੰਦੀ ਹੈ। ਡੰਡੀ ਇਹ ਸਮਾਂ ਸੁਰੱਖਿਆ ਏਜੰਸੀਆਂ ਅਤੇ ਸੂਈਆ ਏਜੰਸੀਆਂ ਲਈ ਫੂਕ ਫੂਕ ਕੇ ਕਦਮ ਰੱਖਣ ਦਾ ਹੈ। ਡੰਡੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਜਵਾਨ ਅੱਤਵਾਦੀਆਂ ਨੂੰ ਬਰਾਬਰ ਜਵਾਬ ਦੇ ਰਹੇ ਹਨ। ਡੰਡੀ ਇੱਥੇ ਅੱਤਵਾਦੀਆਂ ਦੀ ਹਰ ਰਣਨੀਤੀ 'ਤੇ ਨਿਗਾਹ ਰੱਖਣੀ ਪਵੇਗੀ, ਕਿਉਂਕਿ ਕਈ ਵਾਰ ਉਹ ਦੂਜੇ ਇਲਾਕਿਆਂ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾ ਲੈਂਦੇ ਹਨ, ਜਿਨ੍ਹਾਂ ਨੂੰ ਆਮ ਹਾਲਾਤਾਂ ਵਾਲਾ ਖੇਤਰ ਮੰਨਿਆ ਜਾਂਦਾ ਹੈ। ਡੰਡੀ ਅਜਿਹੇ ਖੇਤਰਾਂ ਵਿੱਚ ਅਮਨ ਅਮਾਨ ਕਾਰਨ ਚੌਕਸੀ ਮੱਠੀ ਪੈ ਜਾਂਦੀ ਹੈ, ਜਿਸ ਨਾਲ ਅੱਤਵਾਦੀ ਕਾਰਾ ਕਰ ਜਾਂਦੇ ਹਨ। ਡੰਡੀ ਪੰਜਾਬ ਵਿੱਚ ਦੀਨਾਨਗਰ ਅਤੇ ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਹਮਲਾ ਇਸ ਦੀਆਂ ਦੋ ਵੱਡੀਆਂ ਮਿਸਾਲਾਂ ਹਨ। ਡੰਡੀ ਕਸ਼ਮੀਰ ਮਾਮਲੇ ਵਿੱਚ ਪਾਕਿਸਤਾਨ ਆਪਣੀਆਂ ਕਾਰਵਾਈਆਂ ਤੋਂ ਬਾਜ ਨਹੀਂ ਆ ਰਿਹਾ। ਡੰਡੀ ਪਾਕਿਸਤਾਨ ਵੱਲੋਂ ਇਸ ਮਾਮਲੇ ਵਿੱਚ ਵਾਰ ਵਾਰ ਬਿਆਨਬਾਜ਼ੀ ਕਰਨ ਦੇ ਨਾਲ ਨਾਲ ਇਸ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਲਈ ਇਸਲਾਮੀ ਦੇਸ਼ਾਂ ਦੇ ਸੰਗਠਨ ਵਿੱਚ ਵਾਰ ਵਾਰ ਦਹਾਈ ਦੇਣਾ ਸਾਬਤ ਕਰਦਾ ਹੈ ਕਿ ਪਾਕਿਸਤਾਨ ਅੱਤਵਾਦੀ ਹਿੰਸਾ ਨੂੰ ਜਾਰੀ ਰੱਖੇਗਾ। ਡੰਡੀ ਮੁੰਬਈ ਧਮਾਕੇ ਦੇ ਦੋਸ਼ੀ ਦਾਊਦ ਇਬਰਾਹਿਮ ਬਾਰੇ ਵੀ ਪਾਕਿਸਤਾਨ ਦੂਰੀ ਖੇਡ ਖੇਡ ਰਿਹਾ ਹੈ। ਡੰਡੀ FATF ਦੀ ਗ੍ਰੇ ਸੂਚੀ ਵਿੱਚ ਨਿਕਲਣ ਲਈ ਦੁਨੀਆ ਨੂੰ ਤਕਨੀਕੀ ਸ਼ਬਦਾਵਲੀ ਦੇ ਜਾਲ ਵਿੱਚ ਫਸਾ ਕੇ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡੰਡੀ ਅੱਤਵਾਦ ਦੀ ਰੋਕਥਾਮ ਲਈ ਭਾਰਤ ਵੱਲੋਂ ਕਰਾਰਾ ਜਵਾਬ ਦੇਣਾ ਜਾਇਜ਼ ਹੈ। ਡੰਡੀ ਕਈ ਵਾਰ ਦੇਸ਼ ਵਿਰੋਧੀ ਤਾਕਤਾਂ ਦੀ ਕਿਸੇ ਹਲਚਲ ਦਾ ਆਮ ਲੋਕਾਂ ਨੂੰ ਵੀ ਪਤਾ ਲੱਗਦਾ ਹੈ, ਜਿਸ ਦੀ ਸੂਚਨਾ ਉਹ ਸਥਾਨਕ ਪ੍ਰਸ਼ਾਸਨ ਨੂੰ ਦਿੰਦੇ ਹਨ। ਡੰਡੀ ਅਜਿਹੇ ਮਾਮਲਿਆਂ ਵਿੱਚ ਦੇਰੀ ਨੁਕਸਾਨਦੇਹ ਹੋ ਸਕਦੀ ਹੈ। ਡੰਡੀ ਸੁਰੱਖਿਆ ਏਜੰਸੀਆਂ ਨੂੰ ਤੁਰਤ ਫੁਰਤ ਕਾਰਵਾਈ ਕਰਕੇ ਕਿਸੇ ਵੀ ਸੰਭਾਵੀ ਹਮਲੇ ਨੂੰ ਨਾਕਾਮ ਬਣਾਉਣ ਲਈ ਤਿਆਰ ਰਹਿਣਾ ਪਵੇਗਾ। ਡੰਡੀ ਇਸ ਦੇ ਨਾਲ ਹੀ ਉਹਨਾਂ ਲੋਕਾਂ 'ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਜੋ ਧਰਮ ਦੇ ਨਾਂ 'ਤੇ ਨਫ਼ਰਤ ਫੈਲਾ ਕੇ ਆਮ ਲੋਕਾਂ ਨੂੰ ਵੰਡਦੇ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਕੰਮ ਆਸਾਨ ਕਰਦੇ ਹਨ। ਡੰਡੀ ਦੇਸ਼ ਦੇ ਲੋਕਾਂ ਦੀ ਏਕਤਾ ਹੀ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ। ਡੰਡੀ ਜਦੋਂ ਲੋਕ ਇਕਜੁੱਟ ਹੋਣਗੇ ਤਾਂ ਕੋਈ ਤਾਕਤ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੀ। ਡੰਡੀ
स्टॉप।